ਦੋਸਤੋ ਜਿਹੜੀ ਰੁਬਾਈ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆ ਉਸ ਦਾ ਰਿਸ਼ਤਾ ਮਨ ਨਾਲ ਹੈ। ਬਹੁਤੇ ਸੱਜਣ ਪਿਆਰੇ ਸੰਕਟ ਦੀ ਘੜੀ 'ਚ ਮਨ ਦੀਆਂ ਖਿੜਕੀਆਂ ਬੰਦ ਕਰਕੇ ਹੋਰ ਉਦਾਸ ਹੁੰਦੇ ਨੇ, ਕੁਛ ਨੇ ਜਿਹੜੇ ਜੈਸੇ ਜਲ ਮੇਂ ਕਮਲ ਨਿਰਾਲਮ ਵਾਂਗ ਹਰ ਪਲ ਨੂੰ ਮਾਣਦੇ ਨੇ, ਜਾਣਦੇ ਨੇ, ਸਮਝਦੇ ਨੇ ਔਰ ਉਸ ਤੋਂ ਨਿਕਲਣ ਦੀ ਕੋਸ਼ਿਸ਼ ਕਰਨ ਵਾਸਤੇ ਸਿਰਫ ਅਰਦਾਸ ਨਹੀਂ ਕਰਦੇ, ਉਸ ਤੋਂ ਵੱਧ ਵੀ ਕੁਛ ਕਰਦੇ ਨੇ। ਚੜ੍ਹਦੀ ਕਲਾ ਦਾ ਪ੍ਰਤੀਕ ਜਾਂ ਉਸ ਕਿਸਮ ਦੀਆਂ ਸੋਚਾਂ ਆਪਣੇ ਮਨ ਮਸਤਕ ਦੇ ਵਿੱਚ ਧਾਰਦੇ ਨੇ। ਸ਼ਾਇਦ ਇਸੇ ਕਰਕੇ ਹੀ ਇਹ ਰੁਬਾਈ ਮੈਂ ਲਿਖ ਸਕਿਆ ਜਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਹਿੰਮਤ ਕਰ ਸਕਿਆ। ਮੈਂ ਇੱਕ ਹੱਸਦਾ ਫੁੱਲ ਵੇਖਿਆ, ਜੀ ਵੇਖਿਆ, ਚਿਹਰਾ ਵੇਖਿਆ ਤਾਂ ਮੈਨੂੰ ਲੱਗਿਆ ਕਿ ਇਹ ਮੈਨੂੰ ਸ਼ਾਇਦ ਉਸ ਡੂੰਘੇ ਗਮ ਦੇ ਸਮੁੰਦਰ ਚੋਂ ਕੱਢਣ ਵਾਸਤੇ ਆਇਆ ਅਤੇ ਮੈਨੂੰ ਕਹਿ ਕੀ ਰਿਹਾ, ਕਹਿ ਰਿਹਾ ਕਿ ਮਨ ਖਿੜਦਾ ਹੈ ਇਸ ਤਰ੍ਹਾਂ ਹੀ ਹੱਸਿਆ ਕਰ, ਮੁਸਕਾਇਆ ਕਰ, ਤੂੰ ਮਨ ਖਿੜਦਾ ਹੈ ਇਸ ਤਰ੍ਹਾਂ ਹੀ ਹੱਸਿਆ ਕਰ, ਮੁਸਕਾਇਆ ਕਰ, ਤੂੰ ਸੋਚਾਂ ਦੇ ਦਰਿਆ ਵਿੱਚ ਹਰਦਮ ਗੋਤੇ ਹੀ ਨਾ ਖਾਇਆ ਕਰ, ਤੂੰ ਸੋਚਾਂ ਦੇ ਦਰਿਆ ਵਿੱਚ ਹਰਦਮ ਗੋਤੇ ਹੀ ਨਾ ਖਾਇਆ ਕਰ, ਤੂੰ ਤੇਰੇ ਅੰਦਰ ਕਿੰਨੇ ਸਾਗਰ, ਮਾਣਕ, ਮੋਤੀ, ਹੋਰ ਬੜਾ ਕੁਝ, ਤੇਰੇ ਅੰਦਰ ਕਿੰਨੇ ਸਾਗਰ, ਮਾਣਕ, ਮੋਤੀ, ਹੋਰ ਬੜਾ ਕੁਝ, ਬਾਜ਼ ਵਾਂਗਰਾਂ ਧਰਤੀਓਂ ਅੰਬਰ ਸੂਰਜ ਤੱਕ ਵੀ ਜਾਇਆ ਕਰ, ਤੂੰ ਬਾਜ਼ ਵਾਂਗਰਾਂ ਧਰਤੀਓਂ ਅੰਬਰ ਸੂਰਜ ਤੱਕ ਵੀ ਜਾਇਆ ਕਰ, ਤੂੰ ਮਨ ਖਿੜਦਾ ਹੈ ਇਸ ਤਰ੍ਹਾਂ ਹੀ ਹੱਸਿਆ ਕਰ, ਮੁਸਕਾਇਆ ਕਰ, ਤੂੰ ਸੋਚਾਂ ਦੇ ਦਰਿਆ ਵਿੱਚ ਹਰਦਮ ਗੋਤੇ ਹੀ ਨਾ ਖਾਇਆ ਕਰ, ਤੂੰ ਤੇਰੇ ਅੰਦਰ ਕਿੰਨੇ ਸਾਗਰ, ਮਾਣਕ, ਮੋਤੀ, ਹੋਰ ਬੜਾ ਕੁਝ, ਬਾਜ਼ ਵਾਂਗਰਾਂ ਧਰਤੀਓਂ ਅੰਬਰ ਸੂਰਜ ਤੱਕ ਵੀ ਜਾਇਆ ਕਰ, ਤੂੰ ਦੋਸਤੋ ਮਨ ਜਿੱਤਿਆਂ ਹੀ ਜੱਗ ਜਿੱਤਿਆ ਜਾ ਸਕਦਾ ਹੈ, ਇਹ ਗੁਰਬਾਣੀ ਫਰਮਾਨ ਵੀ ਹੈ। ਇਸ ਲਈ ਇਹ ਸ਼ਬਦ ਤੁਹਾਡੀ ਅਰਦਲ 'ਚ ਹਾਜ਼ਰ ਨੇ। ਮੈਂ ਤੁਹਾਡਾ ਆਪਣਾ ਗੁਰਭਜਨ ਗਿੱਲ।